ਖ਼ਬਰ ਦੇਖ ਰਹੇ ਹੋ ਤੁਸੀਂ ਮੈਸ਼ਕਾ ਸੰਧੀਰ ਹੜ੍ਹ ਨੇ ਪੰਜਾਬ ਦੇ ਵਿੱਚ ਘੌਰਮ ਮਚਾਇਆ ਹੋਇਆ ਹੈ ਹੁਣ ਸਕੂਲਾਂ ਦੇ ਵਾਸਤੇ ਵੀ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਤਾਂ ਜਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਪਾਣੀ ਆ ਚੁੱਕਿਆ ਹੈ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦੇ ਕੁਝ ਸਕੂਲ ਜਿਹੜੇ ਨੇ ਫਿਲਹਾਲ ਦੇ ਲਈ ਬੰਦ ਕਰ ਦਿੱਤੇ ਗਏ ਨੇ ਤਾਂ ਇੱਕ ਲਿਸਟ ਬਕਾਇਦਾ ਇਲਾਕਿਆਂ ਦੀ ਜਾਰੀ ਕੀਤੀ ਗਈ ਹੈ ਫਿਰੋਜ਼ਪੁਰ ਸਾਈਡ ਕਿਉਂਕਿ ਉੱਥੇ ਕਾਫੀ ਜ਼ਿਆਦਾ ਹੜ ਦਾ ਪਾਣੀ ਆ ਚੁੱਕਿਆ ਹੈ ਤੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਜਿਸ ਦੇ ਕਰਕੇ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਦਿੱਕਤ ਹੁੰਦੀ ਹੈ ਕਿਉਂਕਿ ਰਾਹ ਦੇ ਵਿੱਚ ਪੂਰਾ ਦਾ ਪੂਰਾ ਪਾਣੀ ਭਰਿਆ ਹੋਇਆ ਤਾਂ ਫਿਰੋਜ਼ਪੁਰ ਦੇ ਸਕੂਲਸ ਨੇ 19 ਤੋਂ 26 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਇਹ ਹੜ੍ਹ ਦੀ ਮਾਰ ਪੰਜਾਬ ਇਸ ਸਮੇਂ ਚੱਲ ਰਿਹਾ ਹੈ ਤੇ ਕੁਝ ਇਲਾਕੇ ਅਜੇਹੇ ਨੇ ਜੇਕਰ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਸ ਸਮੇਂ ਕਈ ਪਿੰਡ ਜਿਹੜੇ ਨੇ ਪਾਣੀ ਦੀ ਮਾਰ ਚੱਲ ਰਹੇ ਨੇ ਜਿਸ ਦੇ ਚੱਲਦਿਆਂ ਸਕੂਲ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਜੁਲਿਸ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਸ ਲਿਸਟ ਦੇ ਵਿੱਚ ਸਕੂਲਾਂ ਦੇ ਨਾਮ ਜਿਹੜੇ ਨੇ ਉਕੇਰੇ ਗਏ ਨੇ ਫਿਰੋਜ਼ਪੁਰ ਦੇ ਜੋ ਸਕੂਲ ਨੇ 19 ਤੋਂ 26 ਅਗਸਤ ਤੱਕ ਬੰਦ ਕੀਤੇ ਗਏ ਨੇ ਤਾਂ ਇਹ ਸੂਚੀ ਜਾਰੀ ਕੀਤੀ ਗਈ ਹੈ ਉੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਅ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਬੱਚਿਆਂ ਨੂੰ ਆਨ-ਜਾਨ ਦੇ ਵਿੱਚ ਦਿੱਕਤ ਹੋ ਰਹੀ ਸੀ ਪਾਣੀ ਦੇ ਵਿੱਚ ਬੱਚੇ ਜਿਹੜੇ ਨੇ ਨਈ ਸਕੂਲ ਤੱਕ ਪਹੁੰਚ ਪਾ ਰਹੇ ਸੀ ਤੇ ਘਰਾਂ ਦੇ ਵਿੱਚ ਜਿਸ ਢੰਗ ਦੇ ਨਾਲ ਪਾਣੀ ਪਹੁੰਚਦਾ ਹੈ ਰੈਸਕਿਊ ਆਪਰੇਸ਼ਨ ਜਿਹੜਾ ਹੈ ਕਿ ਕੁਝ ਦਿਨਾਂ ਤੋਂ ਅਸੀਂ ਤੁਹਾਨੂੰ ਤਸਵੀਰਾਂ ਲਾਈਵ ਵੀ ਗਰਾਊਂਡ ਜ਼ੀਰੋ ਤੋਂ ਦਿਖਾ ਰਹੇ ਹਾਂ ਤਾਂ ਇਸੇ ਦੇ ਚੱਲਦਿਆਂ ਅਨੰਦਪੁਰ ਸਾਹਿਬ ਫਿਰੋਜ਼ਪੁਰ ਵਰਗੇ ਇਲਾਕਿਆਂ ਦੇ ਵਿੱਚ ਸਕੂਲ ਜਿਹੜੇ ਨੇ ਕੁਝ ਦਿਨਾਂ ਦੇ ਲਈ ਮੁਕੰਮਲ ਤੌਰ ਉੱਤੇ ਬੰਦ ਕੀਤੇ ਗਏ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਤੇ ਜੇਕਰ ਇਹਨਾਂ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਇਸ ਸਮੇਂ ਪ੍ਰਸ਼ਾਸਨ ਵੀ ਸਤਰਕ ਹੈ ਖਾਣਾ ਜਿਹੜਾ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਫਸਟੇਡ ਭਾਫ ਕੀ ਮੁਡਲੀ ਡਾਕਟਰੀ ਸਹੂਲਤ ਜਿਹੜੀ ਆ ਉੱਥੇ ਪ੍ਰਦਾਨ ਕੀਤੀ ਗਈ ਹੈ ਉੱਥੇ ਦੇ ਜਿਹੜੇ ਐਮ ਐਲ ਏਜ਼ ਨੇ ਉਹ ਲਗਾਤਾਰ ਇਹ ਹੀ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਹੜ੍ਹ ਦੇ ਕਰਕੇ ਕਿਸੇ ਦੀ ਵੀ ਮੌਤ ਨਾ ਹੋ ਸਕੇ ਹਰ ਥਾਂ ਤੇ ਜੋ ਜ਼ਰੂਰੀ ਸਮਾਨ ਹੈ ਉਹ ਪਹੁੰਚਦਾ ਕੀਤਾ ਜਾਵੇ ਤੇ ਕੋਈ ਵੀ ਜੋ ਬੱਚਾ ਹੈ ਹੜ੍ਹ ਦੇ ਕਰਕੇ ਜੇਕਰ ਸਕੂਲ ਦੇ ਵਿੱਚ ਜਾਂਦਾ ਤੇ ਉਹ ਉੱਥੇ ਵਿੱਚ ਨਾ ਫਸ ਚਕੇ ਤਾਂ ਇਸੇ ਦੇ ਚੱਲਦਿਆਂ ਇਹ ਫੈਸਲਾ ਜਿਹੜਾ ਕੁਝ ਸਕੂਲਾਂ ਦੇ ਲਈ ਹੀ ਪੰਜਾਬ ਦੇ ਵਿੱਚ ਲਿਆ ਗਿਆ ਉਹੀ ਇਲਾਕੇ ਜੋ ਜ਼ਿਆਦਾ ਪਾਣੀ ਦੀ ਮਾਰ ਇਸ ਸਮੇਂ ਚੱਲ ਰਹੇ ਨੇ ਤੇ ਜਿੰਨਾ ਇਲਾਕਿਆਂ ਦੇ ਵਿੱਚ ਜ਼ਿਆਦਾ ਪਾਣੀ ਆ ਚੁੱਕਿਆ ਉਹਨਾਂ ਹੀ ਇਲਾਕਿਆਂ ਦੇ ਵਿੱਚ ਸਕੂਲ ਜਿਹੜੇ ਨੇ ਫਿਲਹਾਲ ਦੇ ਲਈ ਬੰਦ ਕੀਤੇ ਗਏ ਨੇ ਇਹ ਸਿਰਫ ਔਰ ਸਿਰਫ 19 ਤੋਂ 26 ਅਗਸਤ ਤੱਕ ਐਲਾਨ ਕੀਤਾ ਗਿਆ ਹੈ ਹਾਲਾਂਕਿ ਅਨੰਦਪੁਰ ਸਾਹਿਬ ਦੇ ਕੁਝ ਅਜੇ ਹੀ ਇਲਾਕੇ ਵੀ ਨੇ ਜੋ ਕਿ 19 ਅਗਸਤ ਤੱਕ ਹੀ ਸਕੂਲ ਜਿਹੜੇ ਨੇ ਬੰਦ ਕੀਤੇ ਗਏ ਸੀ ਪਰ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਸਕੂਲਾਂ ਦੇ ਬੰਦ ਕਰਨ ਦਾ ਸਮਾਂ ਬੰਦ ਜੋ ਰਹਿਣਗੇ ਉਹਨੂੰ ਐਕਸਟੈਂਡ ਕੀਤਾ ਗਿਆ 29 ਅਗਸਤ ਤੱਕ ਕੀਤਾ ਗਿਆ ਕਿਉਂਕਿ ਉੱਥੇ ਜ਼ਿਆਦਾ ਪਾਣੀ ਜਿਹੜਾ ਹੈ ਹੜ ਦਾ ਪਾਣੀ ਉੱਥੇ ਤੱਕ ਪਹੁੰਚ ਗਿਆ ਸੀ ਤਾਂ ਪਹਾੜੀ ਇਲਾਕਿਆਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਪਿਛਲੇ ਕਿੰਨ ਚਾਰ ਦਿਨਾਂ ਤੋਂ ਲਗਾਤਾਰ ਉੱਥੇ ਬਰਸਾਤ ਹੋ ਰਹੀ ਹੈ ਇਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਫਲਡ ਗੇਟਸ ਜਿਹੜੇ ਨੇ ਕਈ ਖੋਲੇ ਜਾਂਦੇ ਨੇ ਹਰਕੀ ਡੈਮ ਦਾ ਹੋਵੇ ਜਾਂ ਫਿਰ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਹੋਵੇ ਤਾਂ ਅਜਿਹੀ ਦੇ ਕਰਕੇ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਨੇ ਹੜ ਆ ਚੁੱਕੇ ਨੇ ਤੇ ਉਸ ਦੇ ਚੱਲਦਿਆਂ ਪ੍ਰਸ਼ਾਸਨ ਦੇ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਤੇ ਸਕੂਲਾਂ ਨੂੰ ਕੁਝ ਦਿਨਾਂ ਦੇ ਲਈ ਬੰਦ ਕੀਤਾ ਗਿਆ